الشرطة فين موجود هو؟ هذا نمبر، هذا اسم، هو كلام هو النمبر فين سجل. ਹਾਂ ਉਹ ਕਹਿੰਦਾ ਵੀ ਜਿੱਥੇ ਵੀ ਉਹ ਬੰਦਾ ਹੈਗਾ ਜੇ ਕੋਈ ਉਹਦੀ ਆਈ ਡੀ ਵੀ ਕਿਤੇ ਹੈਗੀ ਆ ਕੋਈ ਤੁਹਾਡੇ ਕੋਲ ਤੁਹਾਡੇ ਪਰੂਫ ਹੈਗਾ ਵੀ ਉਹ ਕਿੱਥੇ ਬੰਦਾ ਬੰਦ ਹੈ ਅਤੇ ਜਾਣੀ ਆਪਣਾ ਉਹਦਾ ਕੀ ਆਈ ਡੀ ਨੰਬਰ ਹੈ ਜਾਂ ਕੀ ਕਿਵੇਂ ਵੀ ਆ ਉਹ ਬੰਦਾ ਸਾਡੇ ਸਾਨੂੰ ਜ਼ਰੂਰ ਦੱਸੋ ਅਸੀਂ ਜਿੰਨੀ ਹੈਲਪ ਹੋ ਸਕੀ ਉਹਨੀ ਕਰਾਂ ਇਸ ਤੋਂ ਜ਼ਿਆਦਾ ਕੋਈ ਅਲਾਓ ਨਹੀਂ ਕੀਤਾ ਗਿਆ ਫਿਰ ਵੀ ਜੇ ਤੁਹਾਨੂੰ ਕੋਈ ਲੱਗੇ ਤਾਂ ਕੋਈ ਫੋਟੋ ਕਾਪੀ ਪਾ ਦਿਆਂਗੇ ਤੁਹਾਡਾ ਬਟਨ ਦਾ ਸਭ ਨੰਬਰ ਹੈਗਾ 9804000096 ਅਤੇ ਇਹਦੇ 'ਤੇ ਵਟਸਐਪ ਕਰ ਸਕਦੇ ਹੋ ਕੋਈ ਵੀ ਸਾਡੇ ਵਾਸਤੇ ਕੋਈ ਜਾਣਕਾਰੀ ਦੇ ਸਕੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਸ਼ਿਸ਼ ਤਾਂ ਬਹੁਤ ਕਰ ਰਹੇ ਨੇ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਆਹ ਇਸਲਾਮ ਦੇ ਵਿੱਚ ਗਲਤ ਕਤਲੇਆਮ ਦਾ ਬਦਲਾ ਲੈਣ ਲਈ ਲਾਜ਼ਮੀ ਨਹੀਂ ਗਏ ਪਰ ਖੂਨ ਦੇ ਪੈਸੇ ਦਿੱਤੇ ਦੇ ਕੇ ਅਦਾ ਕੀਤੇ ਜਾਂਦੇ ਹਨ ਅੱਛਾ ਆਹ ਇਹਨਾਂ ਨੇ ਤਰਜਮਾ ਕਰਕੇ ਦਿੱਤਾ ਵੀ 3 ਲੱਖ ਰਿਆਲ ਹੀ ਤੋਂ ਵੱਧ ਨਹੀਂ ਹੁੰਦੇ ਇਹ ਮੇਰਾ ਦੋਸਤ ਹੈ ਇਹਨੇ ਇਹ ਗੱਲ ਕਹੀ ਆ ਵੀ ਅਸੀਂ ਹਕੂਮਤ ਦੇ ਹਿਸਾਬ ਨਾਲ ਜੋ ਵੀ ਹੈਗਾ ਵੀ ਉਨੇ ਪੈਸੇ ਲਏ ਜਾ ਸਕਦੇ ਨੇ 1,90,00,000 ਕਿਸੇ ਹਿਸਾਬ ਨਾਲ ਵੀ ਨਹੀਂ ਬਣਦਾ ਪੈਸਿਆਂ ਦੀ ਬੜੀ ਮੰਗ ਕਰ ਰਹੇ ਆ ਤੁਸੀਂ ਇੰਨੇ ਪੈਸੇ ਕਰ ਲਓਗੇ ਕਿਵੇਂ ਜੀ ਮੇਰੇ ਕੋਲ ਤਾਂ ਕੁਛ ਨਹੀਂ ਪੁੱਤ ਮੈਂ ਤਾਂ ਆਇਆ ਨਹੀਂ ਸਰਕਾਰ ਅਤੇ ਪਿੰਡਾਂ ਵਾਲੇ ਮੇਰੇ ਪੁੱਤ ਨੂੰ ਕਰਜ਼ਾ ਦੇਣ ਸਰਕਾਰ ਅਤੇ ਪਿੰਡਾਂ ਵਾਲੇ ਮੇਰੇ ਪੁੱਤ ਨੂੰ ਸਹਾਇਤਾ ਕਰਕੇ ਛਡਾ ਦੇਣ ਕਿ ਨਾ ਆ ਕੇ ਮੇਰੇ ਕਾਗਜ਼ੇ ਨਾ ਲੱਗ ਜਾ ਮੈਂ ਤਾਂ ਅੱਗੇ ਬਹੁਤ ਔਖੀ ਹਾਂ ਆਪਣੇ ਪੁਤਲੀ ਰੋ ਰੋ ਕੇ ਦੁਆਵਾਂ ਤੇ ਲੋਕਾਂ ਅੱਗੇ ਗੁਹਾਰ ਲਗਾ ਰਹੀ ਹੈ ਮਾਂ ਮੁਕਤਸਰ ਦੇ ਪਿੰਡ ਮੱਲਣ ਦੀ ਹੈ ਜਿਸ ਦਾ ਜਿਗਰ ਦਾ ਟੁਕੜਾ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ੀ ਧਰਤੀ ਸਾਊਦੀ ਅਰਬ ਗਿਆ ਸੀ ਜੋ ਕਤਲ ਦੇ ਕੇਸ ਅੰਦਰ ਜੇਲ੍ਹ 'ਚ ਬੰਦ ਹੈ ਜਿਸ ਦੀ ਰਿਹਾਈ ਲਈ ਪੀੜਤ ਪਰਿਵਾਰ ਵੱਲੋਂ ਬਲੱਡ ਮਨੀ ਦੇ ਤੌਰ 'ਤੇ ਭਾਰਤੀ ਕਰੰਸੀ ਦੇ 90,00,000 ਰੁਪਏ ਦੀ ਮੰਗ ਕੀਤੀ ਗਈ ਹੈ ਜੇ ਬਲੱਡ ਮਨੀ ਦਾ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤਾ ਜਾਵੇਗਾ ਇਸਦਾ ਡਰ ਹੁਣ ਬਲਵਿੰਦਰ ਸਿੰਘ ਦੀ ਬਜ਼ੁਰਗ ਮਾਂ ਨੂੰ ਸਤਾ ਰਿਹਾ ਹੈ ਜਿਸ ਨੇ ਆਪਣੇ ਪੁੱਤ ਦੀ ਰਿਹਾਈ ਲਈ ਲੋਕਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਸਦਾ ਪੁੱਤਰ ਉਸ ਕੋਲ ਸਹੀ ਸਲਾਮਤ ਵਾਪਸ ਆ ਸਕੇ ਬੜੀ ਦੁੱਖਦਾਇਕ ਗੱਲ ਆ ਜਿਹੜੇ ਤੁਹਾਡਾ ਇਸ ਤਰ੍ਹਾਂ ਕਰੇ ਜਿਹੜੀ ਤੁਹਾਨੂੰ ਦਿੱਕਤ ਪਰੇਸ਼ਾਨੀ ਆਈ ਹੈ ਅਤੇ ਤੁਹਾਨੂੰ ਵੀ ਹੁਣ ਅੱਖਾਂ ਦੇ ਅੱਗੇ ਜਿਹੜਾ ਹੈਗਾ ਤੁਸੀਂ ਚੀਜ਼ ਨਹੀਂ ਦੇਖ ਸਕਦੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁੱਤ ਮੈਂ ਇਹੀ ਆਣੀ ਮੇਰਾ ਪੁੱਤ ਅਤੇ ਪੈਸਿਆਂ ਦੀ ਬੜੀ ਮੰਗ ਕਰ ਰਹੇ ਆ ਤੁਸੀਂ ਇੰਨੇ ਪੈਸੇ ਕਰ ਲਓਗੇ ਕਿਵੇਂ ਜੀ ਮੇਰੇ ਕੋਲ ਤਾਂ ਕੁਛ ਨਹੀਂ ਪੁੱਤ ਮੈਂ ਤਾਂ ਆਇਆ ਨਹੀਂ ਸਰਕਾਰ ਅਤੇ ਪਿੰਡਾਂ ਵਾਲੇ ਮੇਰੇ ਪੁੱਤ ਨੂੰ ਕਰਜ਼ਾ ਦੇਣ ਮੇਰੇ ਕੋਲ ਤਾਂ ਆਪਦੀ ਰੋਟੀ ਤਣਤਾ ਹੀ ਨਹੀਂ ਅਤੇ ਹੁਣ ਤੁਸੀਂ ਕਿਸੇ ਜਿਹੜੇ ਇੱਥੇ MLA ਜਾਂ ਹੋਰ ਤੁਹਾਡੇ ਇੱਥੇ ਹੋਰ ਕਿਸੇ ਨਾਲ ਕਿਸੇ ਮਿਨਿਸਟਰ ਨਾਲ ਕਿਸੇ ਨਾਲ ਗੱਲਬਾਤ ਕੀਤੀ ਤੁਹਾਡੇ ਵੱਲੋਂ ਕੋਈ ਅਜੇ ਕਿਤੇ ਨਾਲ ਨਹੀਂ ਹੋਈ ਪੁੱਤ ਸਾਡੀ ਤਾਂ ਵੀ ਇਹ ਸਰਪੰਚ ਸਾਹਿਬ ਦੀ ਕੋਈ ਹੋਈ ਹੈ ਰਾਜ ਪਿੰਡ ਨਾਲ ਸਾਡੀ ਨਹੀਂ ਹੋਈ ਕਿਸੇ ਨਾਲ ਵੀ ਮੈਂ ਤਾਂ ਪੁੱਤ ਘਰ ਬੈਠੀ ਮੰਜੇ 'ਤੇ ਦਵਾਈ ਲਿਆਉਣੀ ਬਹਿ ਜਾਂਦੀ ਮੰਜੇ 'ਤੇ ਤੁਹਾਨੂੰ ਸਾਡੇ ਚੈਨਲ ਰਾਹੀਂ ਸਾਰੀ ਦੁਨੀਆ ਦੇਖ ਰਹੀ ਹੈ ਸਾਰੇ ਲੋਕ ਦੇਖ ਰਹੇ ਆ ਕੀ ਉਹਨਾਂ ਨੂੰ ਮੈਸੇਜ ਲਾਉਣਾ ਚਾਹੁੰਦੇ ਤੁਸੀਂ ਮੈਂ ਇਹੀ ਆਉਣੀ ਹੈ ਪੁੱਤ ਵੀ ਸਰਕਾਰ ਅਤੇ ਪਿੰਡਾਂ ਵਾਲੇ ਮੇਰੇ ਪੁੱਤ ਨੂੰ ਸਹਾਇਤਾ ਕਰਕੇ ਛਡਾ ਦੇਣ
ਕਹਿਣਾ ਆ ਕੇ ਮੇਰੇ ਕਾਲਜੇ ਨਾ ਲੱਗ ਜਾ। ਉੱਥੇ ਹੁਣ ਇੱਕ ਸਾਊਦੀ ਅਰਬ ਤੋਂ ਪੰਜਾਬੀ ਨੌਜਵਾਨ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਜੋ ਇਸ ਨੌਜਵਾਨ ਦੀ ਮਦਦ ਕਰਨਾ ਚਾਹੁੰਦਾ ਹੈ। ਲਓ ਵੀ ਦੋਸਤੋ, ਗੱਲ ਹੈਗੀ ਇਹ, ਜਿਹੜੇ ਮੁੰਡੇ ਨੂੰ ਸਜ਼ਾ ਹੋਈ ਆ ਸਾਊਦੀ ਅਰਬ ਦੇ ਵਿੱਚ, ਆਪਣੇ ਕੋਲ ਇੱਕ ਮਿੱਤਰ ਆਇਆ ਸੀਗਾ ਸਾਊਦੀ ਅਰਬ ਦਾ, ਨਾ ਆਪਾਂ ਕਿਸੇ ਤੋਂ ਕੁਛ ਲੈਣਾ, ਨਾ ਆਪਾਂ ਕਿਸੇ ਨੂੰ ਬੁਰਾ ਕਹਿ ਕੇ ਰਾਜੀ ਹਾਂ, ਨਾ ਕਿਸੇ ਨੂੰ ਠੀਕ ਹੈ ਜੋ ਵੀ ਹੈ। ਵੀ ਜਿਹੜਾ ਸਾਊਦੀ ਅਰਬ ਦਾ ਨਿਜ਼ਾਮ ਹੈ, ਇਹਨੇ ਦੱਸਿਆ ਮੈਨੂੰ ਬਾਈ ਨੇ, ਵੀ ਉਹਦੇ ਵਿੱਚ ਜੇ ਸਾਊਦੀ ਮਰਦਾ ਤਾਂ ਦੋ ਲੱਖ 78,000 ਸਾਊਦੀ ਰਿਆਲ ਹੈ, ਠੀਕ ਹੈ। ਅਤੇ ਜੇ ਉਹ ਬੰਦਾ ਆਪਣੇ ਕੋਲ ਜਾਣੀ ਕਿ ਆਪਣੇ ਤੋਂ ਕਤਲ ਹੋ ਗਿਆ, ਕਤਲ ਹੋ ਗਿਆ ਮੰਨ ਲਿਆ, ਉਹ ਜਿਹੜਾ ਸਾਊਦੀ ਬੰਦਾ ਮਰੂਗਾ ਉਹਦੇ ਵਾਸਤੇ ਆਪਣੇ ਕੋਲ 3-5 ਲੱਖ ਰਿਆਲ ਹੈ, 3-5 ਲੱਖ ਰਿਆਲ, ਯਾਨੀ ਮਤਲਬ ਲਾ ਲਓ ਵੀ 56 ਲੱਖ ਦੇ ਕਰੀਬ ਬਣਦਾ ਉਹ। ਇਹ ਮੇਰਾ ਦੋਸਤ ਹੈ, ਇਹਨੇ ਇਹ ਗੱਲ ਕਹੀ ਆ ਵੀ ਅਸੀਂ ਹਕੂਮਤ ਦੇ ਹਿਸਾਬ ਨਾਲ ਜੋ ਵੀ ਹੈਗਾ ਵੀ ਉਨੇ ਪੈਸੇ ਲਏ ਜਾ ਸਕਦੇ ਨੇ, 1,90,00,000 ਕਿਸੇ ਹਿਸਾਬ ਨਾਲ ਵੀ ਨਹੀਂ ਬਣਦਾ ਜਿਹੜਾ ਮਸਰੀ ਮੰਗਦੇ ਨੇ ਜਾਂ ਜਿੱਥੋਂ ਦਾ ਵੀ ਹੋਵੇਗਾ, ਉਹ ਇੰਨਾ ਪੈਸਾ ਮੰਗ ਹੀ ਨਹੀਂ ਸਕਦੇ, ਹਕੂਮਤ ਦੇ ਹਿਸਾਬ ਨਾਲ ਹੀ ਨਹੀਂ ਮੰਗ ਸਕਦੇ, ਠੀਕ ਹੈ। ਅਤੇ ਬਾਕੀ ਉਹ ਬੰਦੇ ਦਾ ਜਿਹੜੀ ਆਈ ਡੀ ਨੰਬਰ ਹੈ, ਬਾਈ ਕਹਿੰਦਾ ਮੈਨੂੰ ਦਿਓ, ਮੇਰਾ ਜਿੱਥੇ ਵੀ ਉਹ ਬੰਦਾ ਹੈਗਾ ਮੈਂ ਆਪੇ ਪੁਲਿਸ ਦੇ ਵਿੱਚ ਜਾ ਕੇ ਅਤੇ ਮੈਂ ਉਹਨੂੰ ਉਹ ਕਰੂੰਗਾ। ਆਹ ਆਰਮੀ ਦੇ ਵਿੱਚ ਹੈਗਾ 2,00,000 ਯਾਨੀ 78,000 ਰੁਪਇਆ ਹੈਗਾ, ਯਾਨੀ ਆਹ ਦੇਖੋ ਇਹ 2,78,000 ਰਿਆਲ ਹੈਗਾ, ਯਾਨੀ ਕਿ ਜੇ ਆਪਾਂ ਤੋਂ ਕੋਈ ਬੰਦਾ ਮਰ ਜਾਂਦਾ, ਉਹ ਇੰਨਾ ਪੈਸਾ ਕਿਵੇਂ ਮੰਗ ਰਹੇ ਨੇ ਵੀ 1,90,00,000 ਕੋਈ ਮੰਗ ਹੀ ਨਹੀਂ ਸਕਦਾ, ਹੱਦ ਯਾਨੀ 3,50,000 ਰਿਆਲ ਤੱਕ ਮੰਗ ਸਕਦਾ। ਓਕੇ, ਅਤੇ ਉਹ ਇੰਨਾ ਪੈਸਾ ਕਿਉਂ ਮੰਗ ਰਹੇ ਨੇ? ਤਾਂ ਉਹਨਾਂ ਨੂੰ ਇਹ ਆਪਣੀ ਹੈਗੀ ਆ ਵੀ ਜਿਹੜੇ ਵੀ ਉਹਨਾਂ ਨੂੰ ਹੈਗੇ ਆ ਵੀ ਉਹਨਾਂ ਕੋਲ ਵੀ ਸਾਨੂੰ ਹਕੂਮਤ ਦਾ ਵਰਕਾ ਦਿਓ, ਹਕੂਮਤ ਦਾ ਵਰਕਾ ਦਿਓ ਜਿਹੜਾ ਤੁਹਾਨੂੰ ਜੱਜ ਜਾਂ ਜਿਹੜੇ ਆਪਣੇ ਜੱਜ ਲਿਖਦੇ ਨੇ ਜਾਂ ਸੇਖ, ਇੱਥੇ ਸੇਖ ਕਹਿ ਦਿੰਦੇ ਨੇ, ਵੀ ਉਹ ਲਿਖਦੇ ਨੇ, ਉਹ ਵਰਕਾ ਦਿਓ ਸਾਨੂੰ, ਉਹ ਵਰਕਾ ਵੀ ਉਹਦੇ 'ਤੇ ਕਿੰਨੇ ਪੈਸੇ ਲਿਖੇ ਨੇ, ਅਸੀਂ ਉਨੇ ਪੈਸੇ ਤੁਹਾਨੂੰ ਦੇ ਦਿਆਂਗੇ। 1,90,00,000 ਦਾ ਤਾਂ ਕਿਸੇ ਬੰਦੇ ਦਾ ਵੀ ਪੈਸਾ ਨਹੀਂ ਬਣਦਾ, ਅਤੇ ਬਾਕੀ ਆਪਣੇ ਇਹਨੂੰ ਨਿਜ਼ਾਮ ਜ਼ਿਆਦਾ ਪਤਾ ਬਾਈ ਨੂੰ ਆਪਣੇ ਨੂੰ, ਇਹਨੂੰ ਅਰਬੀ ਆਉਂਦੀ ਆ, ਲੇਕਿਨ ਉਹ ਕਹਿੰਦਾ ਵੀ ਜਿਹੜਾ ਵੀ ਹੈਗਾ ਵੀ ਜੇ ਕਤਲ ਹੋ ਵੀ ਜਾਂਦਾ ਸਾਡੇ ਤੋਂ, 2,78,000 ਰਿਆਲ ਸਾਊਦੀ ਦਾ ਬਣਦਾ, ਤਾਂ ਉਹ ਜ਼ਿਆਦਾ ਨਹੀਂ ਲੈ ਸਕਦੇ। ਉਹ ਬੰਦੇ ਦਾ ਸਾਨੂੰ ਹਕਾਮਾ ਨੰਬਰ ਯਾਨੀ ਹਕਮ ਮੌਜੂਦ ਨੇ
ਉਹ ਕਹਿੰਦਾ ਵੀ ਜਿਹੜੀ ਜੇਲ ਆ ਉਹਦਾ ਨਾਂ ਹਾਂ ਉਹਦਾ ਜਿਹੜਾ ਹਕਾਮਾ ਜਾਣੀ ਆਈ ਡੀ ਕਾਰਡ ਹੁੰਦਾ ਜਿਹੜਾ ਇੱਥੇ ਆ ਕੇ ਬਣਦਾ ਉਹ ਨੰਬਰ ਅਤੇ ਉਹਦਾ ਸਹੀ ਨਾਮ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਕੱਲ੍ਹ ਨੂੰ ਉੱਥੇ ਪੁਲਿਸ ਵਾਲਿਆਂ ਤੋਂ ਪਤਾ ਕਰ ਸਕੀਏ ਵੀ ਇਹਦੇ ਕਿੰਨੇ ਪੈਸੇ ਨੇ ਕਿੰਨੇ ਪੈਸੇ ਦੇਣੇ ਪੈਣਗੇ ਜਾਣੀ ਕਿ ਕੁਛ ਲੋਕ ਆਪਾਂ ਐਂ ਨਹੀਂ ਚਾਹੁੰਦੇ ਵੀ ਕੁਛ ਲੋਕ ਇੱਦਾਂ ਹੀ ਪੈਸੇ ਦੇਈ ਜਾਣ 1,90,00,000 ਰੁਪਇਆ ਦੇਈ ਜਾਣ ਉਹ ਕਿਸੇ ਦੇ ਹੋਰ ਅਕਾਊਂਟ 'ਚ ਜਾਣ ਉਹਨੂੰ ਪਤਾ ਨਹੀਂ ਹੈਗਾ ਵੀ ਉਹ ਕਹਿੰਦਾ ਵੀ 3,00,000 ਤੋਂ ਜ਼ਿਆਦਾ ਉੱਤੇ ਨਹੀਂ ਹੈਗਾ ਅਸੀਂ ਕੱਲ੍ਹ ਨੂੰ ਪਤਾ ਕਰ ਦਿਆਂਗੇ ਜੇ ਉਹਦਾ ਆਈ ਡੀ ਨੰਬਰ ਜਿਹੜਾ ਹੁੰਦਾ ਜਿਵੇਂ ਆਪਣੇ ਕੋਈ ਵੀ ਆਪਾਂ ਵੋਟ ਕਾਰਡ ਬਣਾਉਂਦੇ ਉਹਦੇ ਆਪਣਾ ਇੱਕ ਨੰਬਰ ਹੁੰਦਾ ਲਿਖਿਆ ਹੋਇਆ ਉੱਦਾਂ ਦਾ ਨੰਬਰ ਹੋਵੇ ਅਤੇ ਉਹਦਾ ਕੋਈ ਆਪਣਾ ਕਿਹੜੀ ਕੰਪਨੀ ਆ ਕਿਹੜੀ ਜੇਲ੍ਹ 'ਚ ਆ ਜੇ ਕਿਸੇ ਨੂੰ ਇੱਦਾਂ ਦਾ ਪਤਾ ਹੈ ਤਾਂ ਅਸੀਂ ਪਤਾ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਸਾਡੇ ਵਾਰੀ ਉਹ ਤਾਂ ਇਹ ਮਦਦ ਹੈ ਇੱਕ ਮੇਰਾ ਵੀਰ ਆਇਆ ਸੀਗਾ ਆਪਣੇ ਮੇਰੇ ਦੋਸਤ ਹੈਗਾ ਸਾਊਦੀਆ ਤੋਂ ਅਤੇ ਆਏ ਸੀਗੇ ਮੇਰੇ ਕੋਲ ਅਤੇ ਆਪਾਂ ਇਹਨਾਂ ਨਾਲ ਗੱਲ ਕੀਤੀ ਵੀ ਐਂ ਕਰਕੇ ਆਹ ਪ੍ਰੋਬਲਮ ਆ ਅਤੇ ਅਸੀਂ ਕਹਿੰਦੇ ਹਾਂ ਵੀ ਵੀਰ ਨੂੰ ਕੋਈ ਇਸ ਜਿਹੀ ਮੌਤ ਦੀ ਸਜ਼ਾ ਨਾ ਹੋਵੇ ਅਤੇ ਪੈਸੇ ਜਿਹੜੇ ਹੈਗੇ ਆ ਘੱਟ ਤੋਂ ਘੱਟ ਦੇ ਦੇਣੇ ਜਿਹੜੇ ਮਿਸਰੀ ਲੋਕ ਹੁੰਦੇ ਨੇ ਬਹੁਤ ਲਾਲਚੀ ਹੁੰਦੇ ਨੇ ਮੈਂ ਸਰੀਮਾ ਵੀ ਕੁਛ ਹਾਂ ਮਿਸਰੀ بزيادة عن طلباته هو لازم المحكمة تطلب كم الدين كم المبلغ المطلوب هو الرجال ما اعطاهم المبلغ المطلوب او كندا بھی کتنے پیسے واسطے تھانو مطلوب کیتا گیا تھانو بند کیتا گیا بھی او پیسیاں دے وچ تھانو حکومت نے پیسے جا جڑے جج اونے پیسے ڈیسائیڈ کرنے نے نہ کہ او مصری نے کرنے نے جا مصری دے گھر والے نے کرنے نے اے ساڈی اک بینتی آ ਅਤੇ ਅਸੀਂ ਫਿਰ ਵੀ ਥੋੜ੍ਹੀ ਜੋ ਵੀ ਹੈਲਪ ਹੋਊਗੀ ਕਰਾਂਗੇ ਜਿੰਨੀ ਵੀ ਹੋ ਸਕੀ ਇਹ ਨਹੀਂ ਵੀ ਪੈਸਿਆਂ ਕਿਨੇ ਉਹ ਬੰਦਾ ਰਹਿ ਜੂਗਾ 1,90,00,000 ਕਿਨੇ ਵੀ ਨਹੀਂ ਰਹਿੰਦਾ ਅਸੀਂ ਸਾਰੇ ਹੈਲਪ ਕਰਾਂਗੇ ਜਿੰਨੀ ਵੀ ਹੋ ਸਕੀ ਪਰ ਐਂ ਆ ਵੀ ਉਹਨਾਂ ਨੂੰ ਕਹਿਣਾ ਵੀ ਹਾਂ ਉਹ ਕਹਿੰਦਾ ਵੀ ਗਿੰਨੀ ਉੱਥੋਂ ਦੇ ਕੇ ਮਿਸਰ ਦੇ ਗਿੰਨੀ ਰਿਆਲ ਨੇ ਗਿੰਨੀ ਰਿਆਲ ਨੇ ਵੀ ਕਿੰਨੇ ਪੈਸੇ ਗਿੰਨੀ ਰਿਆਲ ਉਹਨਾਂ ਨੇ ਲਿਖੇ ਨੇ ਉਹ ਕਹਿੰਦਾ ਵੀ ਜਿੰਨੇ ਵੀ 3,00,000 ਤੋਂ ਉੱਤੇ ਹੈ ਨਹੀਂ ਗਾ ਵੀ ਸਾਤੋਂ ਜੇ ਮੌਤ ਹੋ ਵੀ ਗਈ ਆ ਕਿਸੇ ਅਚਾਨਕ ਕਿਸੇ ਵੀ ਗੱਲਬਾਤ ਦੇ ਵਿੱਚ ਅਤੇ ਜਾਣੀ ਇਦੋਂ ਬਾਅਦ ਜੇ ਕੋਈ ਉਹ ਪੈਸਾ ਮੰਗਦੇ ਨੇ ਜ਼ਿਆਦਾ ਤਾਂ ਸਾਨੂੰ ਜੱਜ ਜਾਣੀ ਇੱਥੋਂ ਸਿੱਖ ਇਹਨਾਂ ਸੱਜਲ ਮੀਨ ਸਜ਼ਾ ਸਜ਼ਾ سجن مين سجا دما اي مكان اي سجن هو مين كلام انا سجن هذا كده كم سيك سجن جج سيك نعم سيك سيك هو مسلم اوكي كله سجن واحد ايوه ما في سجن كده وفي دما كله نفر موجود هو موت دما
ਉਹ ਦਮਾ ਆਇਓ ਉਹ ਸਜਨ ਦਮਾ ਉਹ ਕਹਿੰਦਾ ਵੀ ਜਿੰਨੇ ਵੀ ਜਿੱਥੇ ਵੀ ਸਜ਼ਾ ਹੁੰਦੀ ਹੈ ਉੱਥੋਂ ਦਾ ਉਹ ਬੰਦਾ ਲਿਖ ਕੇ ਦਿੰਦਾ ਕਲੋਨ ਪ੍ਰੋਗਰਾਮ ਪਤਾ ਕਿ ਉਹ ਬਲਿਸ ਹਾਂ ਉਹਦਾ ਨੰਬਰ ਹਕਾਮਾ ਜਿਹੜੇ ਪਤਾਕਾ ਲਿਖਿਆ ਜਾਂਦਾ ਆ ਉਹ ਹੁੰਦਾ ਅਤੇ ਬਾਕੀ ਜਿਹੜਾ ਵੀ ਹੁੰਦਾ ਆਪਣਾ ਜਿੰਨੇ ਪੈਸੇ ਲਿਖੇ ਜਾਂਦੇ ਆ ਉਹ ਗਿੰਨੀ ਉਹ ਮਿਸਰ ਦੇ ਗਿੰਨੀ ਰਿਆਲ ਨੇ ਆਪਣੇ ਦੁਬਈ ਦੇ ਦਰਾਮ ਨੇ ਅਤੇ ਸਾਊਦੀ ਦੇ ਰਿਆਲ ਨੇ ਕਈ ਵਾਰ ਖਸਰਤ ਪੁਲਿਸ ਕਈ ਵਾਰ ਖਸਰਤ ਉਹ ਫਿਰ ਮੌਜੂਦ ਹੋਆ ਹਾਂ ਦਾ ਨੰਬਰ ਹਾਂ ਇਸਮ ਉਹ ਖਲਮ ਹੋਆ ਨੰਬਰ ਮੈਸੇਜ ਹਾਂ ਉਹ ਕਹਿੰਦਾ ਵੀ ਜਿੱਥੇ ਵੀ ਉਹ ਬੰਦਾ ਹੈਗਾ ਜੇ ਕੋਈ ਉਹਦੀ ਆਈ ਡੀ ਵੀ ਕਿਤੇ ਹੈਗੀ ਆ ਕੋਈ ਤੁਹਾਡੇ ਕੋਲ ਤੁਹਾਡੇ ਪਰੂਫ ਹੈਗਾ ਵੀ ਉਹ ਕਿੱਥੇ ਬੰਦਾ ਬਣਦਾ ਅਤੇ ਜਾਣੀ ਆਪਣਾ ਉਹਦਾ ਕੀ ਆਈ ਡੀ ਨੰਬਰ ਹੈ ਜਾਂ ਕੀ ਕਿਵੇਂ ਵੀ ਆ ਉਹ ਬੰਦਾ ਸਾਡੇ ਤੁਹਾਨੂੰ ਜ਼ਰੂਰ ਦੱਸੋ ਅਸੀਂ ਜਿੰਨੀ ਹੈਲਪ ਹੋ ਸਕੀ ਉਨੀ ਕਰਾਂਗੇ ਅਤੇ ਆਪਣੇ ਇੱਦਾਂ ਨਹੀਂ ਹੈਗਾ ਵੀ ਸਾਰੇ ਮੁਸਲਮਾਨ ਮਾੜੇ ਹੁੰਦੇ ਨੇ ਕੁਛ ਲੋਕ ਚੰਗੇ ਵੀ ਹੁੰਦੇ ਨੇ ਇੱਦਾਂ ਆਪਾਂ ਨੂੰ ਨਹੀਂ ਸੋਚਣਾ ਚਾਹੀਦਾ ਬੰਦੇ ਬਹੁਤ ਚੰਗੇ ਵੀ ਹੈਗੇ ਨੇ ਮਾੜੇ ਵੀ ਹੈਗੇ ਨੇ ਅਤੇ ਆਪਾਂ ਉਹ ਵੀਰ ਦੀ ਹੈਲਪ ਕਰੀਏ ਜਿੰਨੀ ਹੋ ਸਕੇ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਉਹਨਾਂ ਤੱਕ ਪਹੁੰਚਾਓ ਸਾਨੂੰ ਕੋਈ ਆਈ ਡੀ ਨੰਬਰ ਦਿਓ ਅਤੇ ਆਪਣਾ ਜਾਂ ਅਸੀਂ ਉਹਦਾ ਪਤਾ ਕਰ ਸਕੀਏ ਵੀ ਬਾਈ ਕਿੰਨੇ ਪੈਸੇ ਨੇ ਅਤੇ ਕਿੰਨੀ ਸਜ਼ਾ ਕੀ ਹਿਸਾਬ ਕਿਤਾਬ ਹੈ ਇਹ ਮੇਰਾ ਵੀਰ ਆਪਣੀ ਮਦਦ ਕਰੂਗਾ ਜਿੰਨੀ ਹੋ ਸਕੇ ਸਾਡਾ ਜਿੰਨਾ ਵੀ ਸਾਡੇ ਕੋਲ ਹੈਗਾ ਅਸੀਂ ਕਰ ਸਕੀਏ ਅਤੇ ਆਪਣਾ ਜਿੰਨੀ ਵੀ ਹੈਲਪ ਹੋ ਸਕੇ ਉਨੀ ਕਰ ਸਕੀਏ ਵੀ ਆਪਾਂ ਵੀਰ ਦੀ ਜ਼ਿੰਦਗੀ ਬਚਾਉਣੀ ਆ ਇਹ ਵੀ ਵਿਚਾਰੇ ਇਨਸਾਨ ਨੇ ਸਾਡੇ ਨਾਲ ਖੜ੍ਹਦੇ ਨੇ ਸਾਡੇ ਵਧੀਆ ਬੰਦੇ ਨੇ ਅਤੇ ਨਾਈਸ ਇਨਸਾਨ ਨੇ ਸਾਡੇ ਇੰਡੀਆ ਦੇ ਮੁਸਲਮਾਨ ਵੀ ਬਹੁਤ ਵਧੀਆ ਨੇ ਅਸੀਂ ਸਾਰੇ ਬੰਦਿਆਂ ਨਾਲ ਕਹਿੰਦੇ ਹਾਂ ਵੀ ਸਾਰੇ ਕਿਸੇ ਵੀ ਬੰਦੇ ਦੀ ਇੱਦਾਂ ਕੋਈ ਚਲੋ ਐਕਸੀਡੈਂਟ ਡੈਥ ਹੋ ਜਾਂਦੀ ਹੈ ਜਾਂ ਸਾਡੇ ਤੋਂ ਆਪਦੇ ਬਚਾਅ ਖਾਤਰ ਕੋਈ ਬੰਦਾ ਮਰ ਜਾਂਦਾ ਤਾਂ ਹੁਣ ਕੁਛ ਕਹਿ ਤਾਂ ਸਕਦੇ ਹੀ ਹੈਗੇ ਵੀ ਕੀ ਹੋ ਸਕਦਾ ਲੇਕਿਨ ਫਿਰ ਵੀ ਆਹ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰੋ ਮੇਰਾ ਵਟਸਐਪ ਨੰਬਰ ਹੈਗਾ 9804000097 ਉਹ ਕਰਨਾ ਚਾਹੀਦਾ ਅਤੇ ਸਾਡੀ ਜਾਨੀ ਕਿ ਜਿੰਨਾ ਕੁ ਹੈਗਾ ਵੀ ਤੁਸੀਂ ਆਪਣਾ ਸੋਰੀ ਫੋਨ ਡਿੱਗਿਆ ਸੀਗਾ ਵੀ ਅਸੀਂ ਹੈ ਜਿੰਨੀ ਹੈਲਪ ਹੋ ਸਕੀ ਜਿੰਨੇ ਸਾਡੇ ਕੋਲ ਪੈਸਿਆਂ ਕਨੀ ਉਹ ਹੋ ਸਕੀ ਜਿੰਨੇ ਅਸੀਂ ਸਾਡੇ ਬੰਦੇ ਜੋੜਨਗੇ ਕਿਸੇ ਦੇ ਅਕਾਊਂਟ ਦੇ ਵਿੱਚ ਇੱਦਾਂ ਪੈਸੇ ਨਾ ਪਾਓ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਇਹ ਵਰਕਾ ਜ਼ਰੂਰੀ ਆ ਜਿਹਦੇ ਉੱਤੇ ਲਿਖਿਆ ਹੋਇਆ ਹਾਂ ਉਹ ਕਹਿੰਦਾ ਵੀ ਜਿੰਨਾ ਵੀ ਜਿਹੜਾ ਵੀ ਵਰਕਾ ਲਿਖਿਆ ਹੋਇਆ ਹਕੂਮਤ ਦਾ ਵੀ ਕਿੰਨੇ ਪੈਸਿਆਂ ਦਾ ਲਿਖਿਆ ਹੋਇਆ ਲਾਜ਼ਮ ਜਿਹੜਾ ਜੱਜ ਦਾ ਵਰਕਾ ਲਿਖਿਆ ਹੋਇਆਗਾ ਉਹ ਵਰਕਾ ਅਤੇ ਉਹ ਬੰਦੇ ਦੀ ਆਈ ਡੀ ਨੰਬਰ ਅਤੇ ਜੋ ਵੀ ਉਹਦੇ ਕੋਲ ਜਿਹੜੀ ਵੀ ਜੇਲ੍ਹ ਦੇ ਵਿੱਚ ਉਹ ਬੰਦਾ ਉਹ ਬੰਦੇ ਦਾ ਸਾਨੂੰ ਥੋੜ੍ਹਾ ਜਿਹਾ ਪਰੂਫ ਦਿੱਤਾ ਜਾਵੇ ਅਸੀਂ ਤਾਂ ਕਿ ਪਤਾ ਕਰ ਸਕੀਏ ਸਾਡੇ ਇਹ ਬੰਦੇ ਦਾ ਹੈਗਾ ਮੇਰੇ ਦੋਸਤ ਦਾ ਬਾਈ ਹੈਗਾ ਆਪਣਾ ਕੋਈ ਬੰਦਾ ਹੈਗਾ ਅਸੀਂ ਪਤਾ ਕਰਕੇ ਗਾਹਾਂ ਤੁਹਾਨੂੰ ਦੱਸੀਏ 1,90,00,000 ਦਾ ਬਣਦਾ ਹੀ ਨਹੀਂ ਅਤੇ ਕੰਮ ਯਾਨੀ ਤਲਾ ਤਾਂ ਤਲਾ ਤਮੀਆਂ ਯਾਨੀ ਮਾਫੀ ਜੀ ਮਾਫੀ ਜੀ ਓਕੇ
ਇਹ ਕਹਿੰਦਾ ਵੀ 3 ਲੱਖ ਸਾਊਦੀ ਰਿਆਲ ਬਣਦਾ ਜੇ ਆਪਾਂ ਤੋਂ ਗਲਤੀ ਨਾ ਕੋਈ ਬੰਦਾ ਮਰ ਵੀ ਗਿਆ ਜਾਂ ਕਿਵੇਂ ਵੀ ਆ, ਉਹ ਤੋਂ ਜੇ ਉਹ ਜਿੱਦ ਵੀ ਕਰਨ ਤਾਂ ਹੱਦ ਯਾਨੀ ਕੰਮ ਦਾ ਕੰਮ ਸਰ ਕਿਤਾ ਖਮਸਾ ਵੀ ਅਲਪ ਆਖਰ 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 ਅਸੀਂ ਤੁਹਾਨੂੰ ਤਰਜਮਾ ਵੀ ਇਹਦੇ 'ਤੇ ਕਰਕੇ ਹਾਂ ਅਸੀਂ ਫਿਰ ਵੀ ਤੁਹਾਨੂੰ ਕੁਛ ਅਰਬੀ ਦੇ ਵਿੱਚ ਵੀ ਟ੍ਰਾਂਸਲੇਟ ਪਾ ਦਿਆਂਗੇ ਅਤੇ ਇੰਗਲਿਸ਼ 'ਚ ਵੀ ਪਾ ਦਿਆਂਗੇ, ਜਿੰਨੀ ਵੀ ਹੋ ਸਕੇ ਅਸੀਂ ਹੈਲਪ ਕਰਾਂਗੇ। ਸਾਨੂੰ ਆਪਾਂ ਕੋਈ ਉਹ ਨਹੀਂ ਕਰਨਾ ਹੈਗਾ, ਚਾਹੇ ਕੋਈ ਆਪਣੇ ਓਕੇ ਆਹ ਥੋੜ੍ਹਾ ਜਿਹਾ ਪੰਜਾਬੀ 'ਚ ਬਾਈ ਨੇ ਤਰਜਮਾ ਕਰਕੇ ਦਿੱਤਾ, ਅਤੇ ਜੇ ਪੜ੍ਹ ਸਕਦੇ ਹੋ ਤਾਂ ਪੜ੍ਹ ਸਕਦੇ ਹੋ, ਅਤੇ ਫਿਰ ਵੀ ਆਪਾਂ ਇਹਨਾਂ ਨੂੰ ਨਾਲ ਲੈ ਕੇ ਜੋ ਵੀ ਜਿੰਨਾ ਵੀ ਹੋ ਸਕਿਆ ਉਨੀ ਹੈਲਪ ਕਰਾਂਗੇ। ਵੀ ਆਹ ਦੇਖ ਲਓ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖਿਆ ਵਾ ਅਤੇ ਉਹਨਾਂ ਨੇ ਅਰਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਦਿੱਤੀ ਆ, ਅਤੇ ਕੋਈ ਸਾਨੂੰ ਕਮੈਂਟ ਹੋਰ ਥੋੜ੍ਹੇ ਜਿਹਾ ਟ੍ਰਾਂਸਲੇਟ ਕਰਦੇ ਨੇ। ਫਿਰ ਵੀ ਜੋ ਵੀ ਹੈਗਾ ਇਹ ਸਾਡੀ ਹੈਲਪ ਕਰਨਗੇ, ਮੇਰੇ ਭਰਾ ਨੇ ਆਪਣੇ ਵਧੀਆ ਇਨਸਾਨ ਨੇ, ਅਤੇ ਜਿੰਨੇ ਵੀ ਹੋ ਸਕੀ ਬਾਕੀ ਸਾਰੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ, ਜਿੰਨੇ ਵੀ ਆਪਣੇ ਪਾਕਿਸਤਾਨ ਇੰਡੀਆ ਅੱਛਾ ਇਹਨਾਂ ਨੇ ਇਹ ਲਿਖਿਆ ਵੀ ਇੱਥੇ ਕਿਸੇ ਵੀ ਧਰਮ ਦਾ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ, ਵੀ ਸਾਰੇ ਧਰਮਾਂ ਨਾਲ ਨਿਆਂ ਕੀਤਾ ਜਾਂਦਾ ਹੈ। ਆਹ ਪੰਜਾਬੀ ਦੇ ਵਿੱਚ ਸ਼ਾਇਦ ਅੱਖਰ ਪੁੱਠੇ ਹੋ ਗਏ ਨੇ, ਅਤੇ ਆਪਾਂ ਕੱਲ੍ਹ ਨੂੰ ਆਪਾਂ ਇਹਦੀ ਫੋਟੋਕਾਪੀ ਵੀ ਪਾ ਦਿਆਂਗੇ ਵੀ ਜਿਹੜੇ ਵੀ ਨਿਆਂ ਹੈਗੇ ਨੇ ਇੱਥੇ ਲਿਖਿਆ ਥੋੜ੍ਹੇ ਅੱਖਰ ਪੁੱਠੇ ਜਿਹੇ ਜਿਹਦੇ ਨੇ ਸਾਨੂੰ ਵੀ ਚੱਲ ਬੋਲ ਲੈ ਲੈਟ ਬੰਦ ਹੋ ਗਈ ਉਹ ਤਾਂ ਦਿੰਦਾ ਸੀ ਉਹਨੂੰ ਕਹਿ ਰੁਕ ਜਾ ਉਹ ਕਹਿ ਰੁਕ ਜਾ ਉਹਨੂੰ ਕਹਿ ਇੱਕ ਮਿੰਟ ਤੂੰ ਕਹਿ ਦੇ ਤੂੰ ਕਹਿ ਦੇ ਅੱਛਾ ਚਲੋ ਜੀ ਠੀਕ ਹੈ। ਉੱਧਰੋਂ ਕੋਈ ਆਪਣੇ ਬੰਦਾ ਆ ਗਿਆ ਸੀਗਾ ਅਤੇ ਮੇਰਾ ਵੀਰ ਆਪਣੇ ਨਾਲ ਹੈ, ਜਿਵੇਂ ਵੀ ਜਿੰਨੀ ਵੀ ਹੈਲਪ ਹੋ ਸਕੀ, ਸਾਡੇ ਹੋਰ ਕੰਪਨੀਆਂ ਵਾਲੇ ਬੰਦੇ ਵੀ ਹੈਗੇ ਨੇ ਚਲੋ ਹੈਲਪ ਕਰਨਗੇ ਬਾਹਰ ਦੇ ਵੀ ਹੋਰ ਇੱਧਰ ਉੱਧਰ ਦੇ, ਅਤੇ ਆ ਜ਼ਰੂਰ ਕਰ ਦਿਓ ਵੀ ਉਹਦਾ ਆਈ ਡੀ ਨੰਬਰ ਕੀ ਆ, ਉਹ ਕਿਹੜੀ ਜੇਲ੍ਹ 'ਚ ਬੰਦ ਆ, ਬਾਕੀ ਅਸੀਂ ਪਤਾ ਕਰਕੇ ਫਿਰ ਦੱਸਾਂਗੇ ਵੀ ਕਿੰਨੇ ਪੈਸੇ ਆ। ਜਿੰਨੀ ਕੋਸ਼ਿਸ਼ ਹੋ ਸਕੀ ਉਨੀ ਕਰਾਂਗੇ, ਬਾਕੀ ਹੁਣ ਤੁਹਾਨੂੰ ਵੀ ਪਤਾ ਹੀ ਆ ਵੀ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਇੰਨਾ ਪਤਾ ਕਰਨਾ ਤਾਂ ਹੈ ਨਹੀਂ ਗਾ, ਵੀ ਆਪਣੇ ਪੁਲਿਸ ਥਾਣੇ ਵਾਲਾ ਕੰਮ ਤਾਂ ਹੈ ਨਹੀਂ ਗਾ ਵੀ 4 ਬੰਦੇ ਲੈ ਕੇ ਚੱਲ ਗਏ ਚਲੋ ਵੀ ਦੱਸੋ ਵੀ ਆਹ ਕੀ ਹੋ ਗਿਆ ਵੀ ਆਹ ਕੀ ਗੱਲਬਾਤ ਹੈ। ਇੱਥੇ ਅਫਗਾਨੀ ਕੰਟਰੀ ਦੇ ਵਿੱਚ ਕਾਨੂੰਨ ਬਹੁਤ ਸਖਤ ਨੇ, ਅਤੇ ਉਸ ਵੀਰ ਵਾਸਤੇ ਸਾਰਿਆਂ ਵਾ ਆਪਾਂ ਕਹਿੰਦੇ ਦੁਆ ਕਰੀਏ, ਅਤੇ ਫਿਰ ਵੀ ਅਸੀਂ ਤੁਹਾਨੂੰ ਪਤਾ ਕਰਕੇ ਜ਼ਰੂਰ ਦੱਸਾਂਗੇ, ਜੋ ਹੈਲਪ ਹੋਈ ਉਹ ਵੀ ਕਰਾਂਗੇ। ਠੀਕ ਹੈ ਜੀ, ਅਤੇ ਖੁਲਾਸਾ
ਅਤੇ ਉਹ ਵੀਰ ਕਹਿੰਦਾ ਵੀ ਜਿਹੜੇ ਵੀ ਬੰਦੇ ਬਾਹਰੋਂ ਆਉਂਦੇ ਨੇ ਵੀ ਲੜਾਈ ਝਗੜਾ ਨਾ ਕਰਨ, ਜੋ ਵੀ ਹੈਗਾ ਆਪਦਾ ਜਿੰਨਾ ਵੀ ਕਮਾਉਣ ਆਉਂਦੇ ਨੇ ਕਮਾਉਣ ਖਾਣ, ਅਤੇ ਮੌਜਾਂ ਲੁੱਟਣ ਕਿਸੇ ਨਾਲ ਲੜਨ ਨਾ, ਅਤੇ ਕਿਸੇ ਲੜਾਈ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਅਤੇ ਆਪਣਾ ਵੀਰ ਆ ਜਿੰਨੀ ਵੀ ਹੋ ਸਕੀ ਹੈਲਪ ਕਰਾਂਗੇ, ਬਾਕੀ ਇੰਨਾ ਜ਼ਰੂਰ ਦੱਸਣਾ ਵੀ ਹਾਂ ਹਾਂ ਵੀ ਉਹਨਾਂ ਦਾ ਕੋਈ ਕੰਟੈਕਟ ਨੰਬਰ ਹੋਵੇ ਜਾਂ ਕੋਈ ਆਈਡੀ ਨੰਬਰ ਹੋਵੇ, ਕਿਹੜੀ ਜੇਲ੍ਹ 'ਚ ਬੰਦ ਹੈ, ਜਾਂ ਅਸੀਂ ਕੱਲ੍ਹ ਨੂੰ ਕਿਸੇ ਨੂੰ ਅਤੇ ਅਧਿਕਾਰੀ ਨੂੰ ਪੁੱਛ ਸਕੀਏ, ਕਿਸੇ ਇਹਨਾਂ ਬੰਦਿਆਂ ਨੂੰ ਲੈ ਕੇ ਪੁੱਛ ਸਕਦੇ ਹਾਂ, ਤਾਂ ਜ਼ਰੂਰ ਅਸੀਂ ਵੀ ਹੈਲਪ ਕਰਾਂਗੇ ਜਿੰਨੀ ਹੋ ਸਕੀ, ਅਤੇ ਸਾਰੇ ਜਾਣੇ ਹੈਲਪ ਕਰਾਂਗੇ। ਬਾਕੀ ਪਰਮਾਤਮਾ ਜੋ ਜਿੰਨੀ ਲਿਖੀ ਆ ਉਨੀ ਕਹਿੰਦੇ ਹੁੰਦੇ ਆ ਵੀ ਇਨਸਾਨ ਨੇ ਭੋਗ ਜਾਣੀ ਆ, ਕਿਸੇ ਨੂੰ ਬਚਾਉਣ ਵਾਲਾ ਕੋਈ ਨਹੀਂ, ਕਿਸੇ ਰੱਖਣ ਵਾਲਾ ਕੋਈ ਨਹੀਂ, ਲੇਕਿਨ ਕੋਈ ਨਹੀਂ ਅਕਾਲ ਪੁਰਖ ਰੱਖੂਗਾ ਅਤੇ ਅਕਾਲ ਪੁਰਖ ਹੀ ਮਦਦ ਵੀ ਕਰੂਗਾ। ਅਤੇ ਕੋਈ ਪੈਸਿਆਂ ਦੀ ਕੋਈ ਗੱਲ ਨਹੀਂ ਵੀ 1,90,00,000 ਨਹੀਂ ਘਟਾਊਗਾ, ਉਹ ਵੀ ਹੋ ਜੂਗਾ, ਲੇਕਿਨ ਲਾਜ਼ਮੀ ਇਹ ਆ ਵੀ ਜਿਹੜਾ ਆਪਣੇ ਸਰਕਾਰ ਕਰੀਓ ਵਰਕਾ, ਜਾਣੀ ਜੱਜ ਕਰੀਓ ਜੋ ਵਰਕਾ ਪੇਪਰ ਹੈਗਾ ਵੀ ਉਹ ਕਿੰਨਾ ਅਲਾਓ ਕਿਆ ਗਿਆ ਕੀਤਾ ਗਿਆ, 3,00,000 ਜਿਹੜਾ ਰਿਆਲ ਹੈ ਸਾਊਦੀ ਉਹੀ ਅਲਾਓ ਕੀਤਾ ਗਿਆ, ਇੱਥੇ ਇਸ ਤੋਂ ਜ਼ਿਆਦਾ ਕੋਈ ਅਲਾਓ ਨਹੀਂ ਕੀਤਾ ਗਿਆ। ਫਿਰ ਵੀ ਜੇ ਤੁਹਾਨੂੰ ਕੋਈ ਲੱਗੇ ਤਾਂ ਕੋਈ ਫੋਟੋ ਕਾਪੀ ਪਾ ਦਿਆਂਗੇ, ਸਾਡਾ ਬਟਨ ਦਾ ਸਭ ਨੰਬਰ ਹੈਗਾ 9804000097, ਅਤੇ ਇਹਦੇ 'ਤੇ ਵਟਸਐਪ ਕਰ ਸਕਦੇ ਹੋ, ਕੋਈ ਵੀ ਸਾਡੇ ਵਾਸਤੇ ਕੋਈ ਜਾਣਕਾਰੀ ਦੇ ਸਕੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਨਾ ਅਸੀਂ ਜੀ ਕੋਈ ਆਪਣੇ ਵੀ ਫੇਮਸ ਹੋਣਾ ਹੈ, ਫਿਰ ਵੀ ਉਹ ਵੀਰ ਭਰਾ ਵਾਸਤੇ ਅਸੀਂ ਬੇਨਤੀ ਅਰਦਾਸ ਜੋ ਵੀ ਸਾਡੇ ਕੋਲੋਂ ਸਰੂ ਕਰਾਂਗੇ, ਜੋ ਸਾਡੇ ਕੋਲ ਹੈਲਪ ਕਰੂਗੀ, ਇੰਨੇ ਰਹੀਸ ਤਾਂ ਅਸੀਂ ਵੀ ਹੈ ਨਹੀਂ ਵੀ ਜੋ ਇੰਨੀ ਕੋਈ ਕਰ ਸਕੀਏ, ਵੀ ਜਿੰਨੀ ਕੁ ਸਰਦਾ ਹੋਊਗੀ ਸਾਰੇ ਰਲ ਮਿਲ ਕੇ ਕਰ ਸਕੀਏ। ਇੰਨੇ ਲੋਕ ਦੁਨੀਆ ਕੋਲ ਪੈਸੇ ਪਏ ਨੇ, ਮਦਦ ਵੀ ਕਰ ਸਕਦੇ ਨੇ, ਕੋਈ ਐਡੀ ਵੱਡੀ ਹੈ ਨਹੀਂ ਕਿ ਵੀ ਐਂ ਨਹੀਂ ਹੈਗਾ ਵੀ ਸਾਡੇ ਪੰਜਾਬ 'ਚ ਪੈਸਾ ਹੈ ਨਹੀਂ ਗਾ ਜਾਂ ਸਾਡੀ ਦੁਨੀਆ 'ਚ ਪੈਸਾ ਨਹੀਂ ਗਾ। ਬਾਕੀ ਸਾਰੇ ਹਿੰਦੂ ਮੁਸਲਿਮ ਜੋ ਵੀ ਸਿੱਖ ਭਰਾ ਹਿੰਦੂ ਜੋ ਵੀ ਰਲ ਮਿਲ ਕੇ ਰਹਿਣ, ਸਾਡੀ ਇਹੀ ਬੇਨਤੀ ਆ ਵੀ ਕੋਈ ਗੱਲ ਨਹੀਂ, ਚੜ੍ਹਦੇ ਲੈਂਦੇ ਰਹਿੰਦੇ ਨੇ, ਬੜੀ ਮਿਹਰਬਾਨੀ। ਜੇ ਹੋ ਸਕੇ ਤਾਂ ਵੀਰ ਵਾਸਤੇ ਮਦਦ ਵਾਸਤੇ ਸਾਨੂੰ ਕੋਈ ਵੀ ਕੋਈ ਇਨਫੋਰਮੇਸ਼ਨ ਹੋਵੇ ਜ਼ਰੂਰ ਦਿਓ, ਅਸੀਂ ਤੁਹਾਡੀ ਇਨਫੋਰਮੇਸ਼ਨ ਨੂੰ ਸਰਕਾਰ ਤੱਕ ਵੀ ਲੈ ਕੇ ਜਾਵਾਂਗੇ ਇੱਥੋਂ ਦੀ ਤੱਕ, ਅਤੇ ਆਪਾਂ ਜੋ ਵੀ ਹੋਇਆ ਉਹਨਾਂ ਕਰਾਂਗੇ। ਠੀਕ ਹੈ ਜੀ, ਐਂ ਨਹੀਂ ਹੈਗਾ ਵੀ ਆਪਣੇ ਤੇ ਸਾਰੇ ਬਾਈ ਦੇ ਹੈਗੇ, ਕੋਈ ਚੰਗੇ ਬੰਦੇ ਵੀ ਹੈਗੇ ਨੇ ਸਾਡੇ ਇੱਥੇ, ਵੀਰ ਆਇਆ ਸੀਗਾ ਸਾਊਦੀ ਅਰਬ ਤੋਂ, ਇਹਨਾਂ ਨੇ ਸਾਡੀ ਬੜੀ ਸਾਨੂੰ ਦੱਸਿਆ ਸੀਗਾ ਵੀ ਆਹ ਗੱਲਬਾਤ ਹੈ, ਅਤੇ ਤੁਸੀਂ ਬੜੀ ਮਦਦ ਕਰਨੀ ਹੈ ਅਤੇ ਵੀਡੀਓ ਸ਼ੇਅਰ ਕਰਨਾ ਉਹਨਾਂ ਤੱਕ ਪਹੁੰਚਾਉਣਾ, ਜੇ ਕੋਈ ਉਹਨਾਂ ਦੇ ਘਰ ਦੇ ਤੱਕ ਪਹੁੰਚਾਓ ਅਤੇ ਸਾਨੂੰ ਕੋਈ ਕੋਈ ਵੀ ਕੰਟੈਕਟ ਉਹਨਾਂ ਦਾ ਆਈ ਡੀ ਨੰਬਰ ਕੋਈ ਵੀ ਕੁਛ ਵੀ ਹੈ ਸਾਨੂੰ ਜ਼ਰੂਰ ਦਿਓ, ਕਿਹੜੀ ਕੰਪਨੀ ਆ ਕੀ ਨਾਂ ਕੀ ਗੱਲਬਾਤ ਹੈ। ਜੇ ਉਹਨਾਂ ਨੂੰ ਕੋਲ ਕੋਈ ਪੇਪਰ ਹੈ ਨਹੀਂ ਗਾ ਘਰਦਿਆਂ ਕੋਲ, ਤਾਂ ਇੰਨੇ ਪੈਸੇ ਨਹੀਂ ਭਰੇ ਜਾ ਸਕਦੇ, ਅਤੇ ਇਹ ਇੱਥੋਂ ਦਾ ਕਾਨੂੰਨ ਆ। ਕਹਿੰਦੇ ਇਹ ਵੀਰ ਜੀ ਨੇ ਕਿਹਾ ਵੀ ਆਪਣੀ ਤੋਂ ਕੋਈ ਕਾਨੂੰਨ ਨਹੀਂ ਹੈਗਾ ਇੱਦਾਂ ਦਾ, ਵੀ ਜਿਹੜਾ ਇਹ ਭਰਾ ਜੀ ਥੋੜ੍ਹਾ ਜਿਹਾ ਹਾਲੇ ਤੁਹਾਨੂੰ ਥੋੜ੍ਹਾ ਜਿਹਾ ਤਰਜਮਾ ਬੈਕ ਕੈਮਰਾ ਕਰਕੇ ਦਿਖਾ ਦਿੰਦਾ, ਇੱਕ ਮਿੰਟ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਦਾ। ਆ ਬਾਈ ਕੋਸ਼ਿਸ਼ ਤਾਂ ਬਹੁਤ ਕਰ ਰਹੇ ਨੇ,
ਆਹ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਆਹ ਇਸਲਾਮ ਦੇ ਵਿੱਚ ਗਲਤ ਕਤਲੇਆਮ ਦਾ ਬਦਲਾ ਲੈਣ ਲਈ ਲਾਜ਼ਮੀ ਨਹੀਂ ਗਏ ਪਰ ਖੂਨ ਦੇ ਪੈਸੇ ਦਿੱਤੇ ਦੇ ਕੇ ਅਦਾ ਕੀਤੇ ਜਾਂਦੇ ਹਨ। ਅੱਛਾ ਆਹ ਇਹਨਾਂ ਨੇ ਤਰਜਮਾ ਕਰਕੇ ਦਿੱਤਾ ਵੀ 3 ਲੱਖ ਰਿਆਲ ਹੀ ਤੋਂ ਵੱਧ ਨਹੀਂ ਹੁੰਦੇ। ਆਹ ਪੰਜਾਬੀ ਦੇ ਵਿੱਚ ਵੀ ਪੜ੍ਹ ਲਓ ਅਤੇ ਜੋ ਵੀ ਤੁਹਾਨੂੰ ਗਾਂਹ ਤੁਹਾਨੂੰ ਕੋਈ ਇਹਦਾ ਅਰਬੀ ਦੇ ਵਿੱਚ ਤਰਜਮਾ ਚਾਹੀਦਾ ਹੋਇਆ ਜਾਂ ਕੋਈ ਤੁਹਾਨੂੰ ਟਰਾਂਸਲੇਟ ਚਾਹੀਦੀ ਹੋਏ ਤੁਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਪਰਮਾਤਮਾ ਕਰੇ ਉਸ ਵੀਰ ਦੀ ਜਾਨ ਬਚੇ, ਪਰਮਾਤਮਾ ਉਸ ਮਾਂ ਨੂੰ ਉਹਦਾ ਬੱਚਾ ਮਿਲਾਵੇ ਅਤੇ ਜੋ ਵੀ ਹੈਲਪ ਹੋ ਸਕੀ ਸਾ ਤੋਂ ਅਸੀਂ ਸਾਰੇ ਰਲ ਮਿਲ ਕੇ ਸਾਰੇ ਕਰਾਂਗੇ। ਜੋ ਵੀ ਹੈਲਪ ਹੋ ਸਕੀ ਅਸੀਂ ਕਰਾਂਗੇ, ਜਿੰਨੀ ਵੀ ਹੋ ਸਕੀ ਅਸੀਂ ਹੈਲਪ ਕਰਨ ਦੇ ਵਿੱਚ। ਜਿੰਨੇ ਪੰਜਾਬੀ ਭਰਾ ਜਿੰਨਾ ਵੀ ਹੈਗਾ ਸਾਡਾ, ਕੋਈ ਹਿੰਦੂ ਮੁਸਲਿਮ ਸਿੱਖ ਕੋਈ ਸਿੱਖ ਈਸਾਈ ਦੇ ਵਿੱਚ ਕੋਈ ਵੰਡਿਆ ਨਹੀਂ ਹੈਗਾ, ਸਾਰੇ ਇਸ ਭਰਾ ਦੇ ਨਾਲ ਹਾਂ। ਇਹ ਸਾਡੀ ਵੀਡੀਓ ਸ਼ੇਅਰ ਕੀਤੀ ਜਾਵੇ ਅਤੇ ਜਾਂ ਸਾਨੂੰ ਕੋਈ ਕੰਟੈਕਟ ਨੰਬਰ ਉਹਨਾਂ ਦਾ ਜਾਂ ਕੋਈ ਇੱਕ ਆਈ ਡੀ ਨੰਬਰ ਜ਼ਰੂਰ ਦਿੱਤਾ ਜਾਵੇ, ਅਸੀਂ ਹੈਲਪ ਜ਼ਰੂਰ ਕਰਾਂਗੇ ਜਿੰਨੀ ਵੀ ਹੋ ਸਕੇ। ਓਕੇ ਜੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।